ਨਾਬਾਲਿਗ ਲੜਕੀ ਦੇ ਨਾਲ ਇੱਕ ਮੁੰਡਾ ਛੇੜਛਾੜ ਕਰਦਾ ਸੀ ਤੇ ਜਦੋਂ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਮੁੰਡੇ ਨੂੰ ਸਮਝਾਇਆ ਗਿਆ ਤਾਂ ਉਸ ਤੋਂ ਬਾਅਦ ਮੁੰਡਾ ਗੁੱਸੇ ਦੇ ਵਿੱਚ ਆ ਗਿਆ। 15-20 ਮੁੰਡਿਆਂ ਦੇ ਨਾਲ ਘਰ ਦੇ ਵਿੱਚ ਆਇਆ ਕੁੜੀ ਦੇ ਤੇ ਘਰ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਬੁਰੇ ਤਰੀਕੇ ਦੀ ਕੁੱਟਮਾਰ ਕੀਤੀ ਗਈ, ਜਿਸ ਦੇ ਵਿੱਚ ਲੜਕੀ ਦੀ ਮਾਂ, ਪਿਓ ਅਤੇ ਭਰਾ ਤਿੰਨੋਂ ਹੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਦੱਸ ਦਈਏ ਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਲੜਕੀ ਦੇ ਇਲਜ਼ਾਮ ਲਗਾਏ ਗਏ ਨੇ ਕਿ ਇੱਕ ਮੁੰਡਾ ਰੋਜ਼ ਉਹਨਾਂ ਦੀ ਨਾਬਾਲਗ ਬੇਟੀ ਨੂੰ ਤੰਗ ਪਰੇਸ਼ਾਨ ਕਰਦਾ ਸੀ, ਰਸਤੇ ਦੇ ਵਿੱਚ ਘੇਰਦਾ ਸੀ ਅਤੇ ਆਪਣਾ ਫੋਨ ਨੰਬਰ ਪਕੜਾਉਂਦਾ ਸੀ। ਜਿਸ ਤੋਂ ਬਾਅਦ ਉਸ ਲੜਕੀ ਨੇ ਆ ਕੇ ਘਰੇ ਆਪਣੇ ਪਰਿਵਾਰ ਨੂੰ ਇਹ ਸਾਰੀ ਗੱਲ ਦੱਸੀ ਤਾਂ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਦੋਂ ਲੜਕੇ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਗਈ, ਉਸ ਸਮੇਂ ਤਾਂ ਗੱਲ ਸਿਰੇ ਚੜ ਗਈ ਸੀ, ਪਰ ਬਾਅਦ ਦੇ ਵਿੱਚ ਕਿਹਾ ਜਾ ਰਿਹਾ ਕਿ ਮੁੰਡਾ ਗੁੱਸੇ ਦੇ ਵਿੱਚ ਆਇਆ ਅਤੇ ਨਾਲ ਆਪਣੇ ਕਈ ਬਦਮਾਸ਼ਾਂ ਨੂੰ ਲੈ ਕੇ ਆਇਆ, ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਹਾਲਾਂਕਿ ਇਸ ਦੌਰਾਨ ਇੱਕ CCTV ਤਸਵੀਰ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਲੜਕਾ ਗਲੀ ਦੇ ਵਿੱਚ ਖੜ੍ਹਾ ਨਜ਼ਰ ਆ ਰਿਹਾ ਅਤੇ ਨਾਲ ਹੀ ਉਸਦੇ ਕੁਝ ਬਦਮਾਸ਼ ਵੀ ਖੜ੍ਹੇ ਹੋਏ ਨੇ ਅਤੇ ਕਿਹਾ ਜਾ ਰਿਹਾ ਕਿ ਇਹਨਾਂ ਦੇ ਵੱਲੋਂ ਹੀ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਅਤੇ ਲੜਕੀ ਦਾ ਜੋ ਪਿਓ ਹੈ ਉਹ ਕਾਫ਼ੀ ਜ਼ਿਆਦਾ ਗੰਭੀਰ ਰੂਪ ਨਾਲ ਜ਼ਖਮੀ ਹੋਇਆ, ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਉੱਥੇ ਲੜਕੀ ਦੀ ਮਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਇਹ ਲੜਕਾ ਜੋ ਹੈ ਉਹ ਪਰਿਵਾਰ ਨੂੰ ਪੂਰੇ ਮਾਰਨ ਦੀ ਨੀਯਤ ਦੇ ਨਾਲ ਘਰ 'ਚ ਦਾਖਲ ਹੋਇਆ ਸੀ। ਲਾਠੀ ਡੰਡਿਆਂ ਦੇ ਨਾਲ ਤੇਜ਼ ਧਾਰ ਹਥਿਆਰਾਂ ਦੇ ਨਾਲ ਉਹਨਾਂ 'ਤੇ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਉਹਨਾਂ ਨੇ ਆਪਣੀ ਜਾਨ ਬਚਾਈ ਹੈ। ਹਾਲਾਂਕਿ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਸ 'ਚ ਇਹ ਲੜਕਾ ਇੱਕ ਸਾਫ਼ ਧਮਕੀਆਂ ਦਿੰਦਾ ਵੀ ਨਜ਼ਰ ਆ ਰਿਹਾ। ਫਿਲਹਾਲ ਪੁਲਿਸ ਦੇ ਵੱਲੋਂ ਕਾਰਵਾਈ ਜੋ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ। ਉੱਥੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਹੈ ਕਿ ਪੁਲਿਸ ਜੋ ਹੈ ਉਹ ਹੁਣ ਕੰਪਰੋਮਾਈਜ਼ ਦਾ ਦਬਾਅ ਬਣਾ ਰਹੀ ਹੈ। ਸਾਡੇ ਘਰੇ ਆ ਕੇ ਉਹਨਾਂ ਨੇ ਬਹੁਤ ਜ਼ਿਆਦਾ ਕੁੱਟ ਮਾਰ ਕੀਤੀ ਅਤੇ ਮੇਰੇ ਹਸਬੈਂਡ ਅਤੇ ਮੇਰੇ ਬੇਟੇ ਨੂੰ ਉਹਨੂੰ ਨਾਲ ਕਰਕੇ ਇੱਕ ਤਰਫਾ ਮਾਰ ਕੇ ਚਲੇ ਗਏ ਸੀ। ਬਹੁਤ ਹੱਥ ਉਹਨਾਂ ਦੇ ਮੰਮੀ ਪਾਪਾ ਸਾਰੇ ਨਾਲ ਸੀ ਅਤੇ ਹੱਥ ਪੈਰ ਵੀ ਜੋੜੇ, ਪਰ ਉਹਨਾਂ ਨੇ ਕਿਸੇ ਨੇ ਸੁਣੀ ਨਹੀਂ ਸਾਡੀ। ਉਹਨਾਂ ਕੋਲ ਸਾਰੇ ਹਥਿਆਰ ਸੀ ਅਤੇ ਤਰਪਾਨਾ ਸੀ, ਰਿਵੋਲਵਰ ਸੀ, ਬਹੁਤ ਸਾਰੇ ਹਥਿਆਰ ਸੀ ਜਿਨ੍ਹਾਂ ਨਾਲ ਮੇਰੇ ਹਸਬੈਂਡ ਅਤੇ ਮੇਰੇ ਬੇਟੇ ਨੂੰ ਲੋਕ ਨਾਲ ਕਰਕੇ ਮਾਰ ਕੇ ਚਲੇ ਗਏ ਸੀ। ਤੁਹਾਨੂੰ ਵੀ ਕੁੱਟਿਆ? ਹਾਂਜੀ, ਮੈਨੂੰ ਕੁੱਟਿਆ ਅਤੇ ਮੇਰੇ ਬੇਟੇ ਨੂੰ ਵੀ ਮਾਰੇ। ਕਾਰਨਕਾਰੀ ਉਹ ਕਹਿੰਦੇ ਬਸ ਖਾਲੀ ਕਰਕੇ ਚਲੇ ਗਏ, ਉਹਨਾਂ ਨੇ ਤੁਹਾਨੂੰ ਸ਼ਾਮ ਤੱਕ ਮਾਰ ਦੇਣਾ। ਕਾਰਨਕਾਰੀ ਵੱਲੋਂ ਕੁੱਟਿਆ? ਕਾਰਨ ਉਹ ਮੇਰੀ ਬੇਟੀ ਨੂੰ ਤੰਗ ਪਰੇਸ਼ਾਨ ਕਰਦਾ ਸੀ। ਉਹਦਾ ਬੇਟਾ ਕੌਣ ਸੀਗਾ? ਉਹਨਾਂ ਨਾਲ ਜੋਗਨ ਸੀ। ਤੁਹਾਡੀ ਬੇਟੀ ਦੀ ਕਿੰਨੀ ਉਮਰ ਹੈ? ਉਹਦੀ 15 ਸਾਲ ਦੀ ਉਮਰ ਹੈ। ਸਕੂਲ ਆਉਂਦੀ ਜਾਂਦੀ ਉਹਨੂੰ ਤੰਗ ਪਰੇਸ਼ਾਨ ਕਰਦਾ ਸੀ। ਮੇਰੀ ਬੇਟੀ ਨੂੰ ਕਹਿੰਦਾ ਜੇ ਨਾ ਤੂੰ ਆਪਣੇ ਘਰ ਦੱਸਿਆ ਤੇ ਮੈਂ ਤੇਰੇ ਘਰ ਆ ਕੇ ਇੱਦਾਂ ਥੱਲੇ ਉੱਤਰ ਕੇ ਸਾਰਿਆਂ ਨੂੰ ਮਾਰ ਦੇਣਾ। ਉਹਨੇ ਉੱਦਾਂ ਹੀ ਕੀਤਾ। ਜਦੋਂ ਮੇਰੀ ਬੇਟੀ ਨੇ ਦੱਸਤਾ ਦੂਜੇ ਦਿਨ ਹੀ ਉਹ ਸਾਡੇ ਘਰ ਦੁੱਧੜੇ ਆਏ ਨੇ। ਤੁਸੀਂ ਪੁਲਿਸ ਨੂੰ ਕੰਪਲੇਂਟ ਕੀਤੀ? ਹਾਂਜੀ, ਪੁਲਿਸ ਨੂੰ ਕੀਤੀ, ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਸਾਨੂੰ ਕੋਈ ਪੁੱਛ ਨਹੀਂ ਰਿਹਾ ਹੈ ਅਤੇ ਉਹਨਾਂ ਨੂੰ ਵੀ ਸਾਨੂੰ ਸਿਰਫ ਇਹੀ ਕਿਹਾ ਜਾਂਦਾ ਹੈ ਅਤੇ ਰਾਜ਼ੀਨਾਮਾ ਕਰ ਲਓ। ਕਿੰਨੇ ਲੋਕ ਆਉਂਦੇ ਸਾਨੂੰ ਕਿਉਂ ਆਉਂਦੇ ਵੀ ਬਸ ਰਾਜ਼ੀਨਾਮਾ ਕਰ ਲਓ। ਪੁਲਿਸ ਵੱਲੋਂ ਵੀ ਕਿਹਾ ਗਿਆ ਤੁਹਾਨੂੰ? ਹਾਂਜੀ। ਹੁਣ ਮੰਗ ਕੀ ਕਰਦੇ ਪ੍ਰਸ਼ਾਸਨ? ਮੰਗ ਬਸ ਇਨਸਾਫ ਚਾਹੁੰਦੇ ਹਾਂ, ਸਾਡੇ ਨਾਲ ਇਨਸਾਫ ਹੋਵੇ ਅਤੇ ਉਹਨਾਂ ਦੀਆਂ ਧਮਕੀਆਂ ਹੀ ਨਹੀਂ ਅਤੇ ਅਸੀਂ ਤੁਹਾਨੂੰ ਮਾਰ ਦੇਣਾ। ਠੀਕ ਹੈ। ਅੱਜ ਮੇਰਾ ਕੀ ਨਾਮ ਹੈ? ਮੇਰਾ ਨਾਮ ਮਨਵਿੰਦਰ ਸਿੰਘ ਹੈ। ਕੀ ਗੱਲਬਾਤ ਹੋਈ ਜੀ? ਗੱਲਬਾਤ ਭਾਅ ਜੀ ਕੁਛ ਨਹੀਂ ਹੋਈ, ਮੈਂ ਆਪਣੇ ਘਰ ਸੀਗਾ ਅਤੇ ਕੁਛ ਮੁੰਡਿਆਂ ਨੇ ਸਵੇਰੇ ਤੜਕੇ 5 ਵਜੇ ਦੇ ਕਰੀਬ ਉੱਪਰੋਂ ਛੱਤ ਤੋਂ ਆਏ, ਸਾਡੀ ਛੱਤ ਖੁੱਲ੍ਹੀ ਆ, ਉੱਪਰ ਪੌੜੀ ਦੇ ਕੋਈ ਲੱਗੇ ਨੇ ਬੂਟੇ ਵਗੈਰਾ, 15-20 ਇਕੱਠੇ ਜਣੇ ਹੋ ਗਏ, ਤੇਜ਼ ਧਾਰ ਹਥਿਆਰ ਸੀ ਉਹਨਾਂ ਦੇ ਕੋਲ ਅਤੇ ਉਹਨਾਂ ਨੇ ਆ ਕੇ ਜੀ ਮੇਰੇ ਨਾਲ ਕੁੱਟਮਾਰ ਸ਼ੁਰੂ ਕਰਨੀ ਕੀਤੀ। ਉਸ ਤੋਂ ਬਾਅਦ ਮੇਰੇ ਗਨ ਰੱਖੇ ਉਹਨਾਂ ਨੇ
ਅਤੇ ਮੈਨੂੰ ਕਹਿੰਦੇ ਵੀ ਜੇ ਤੂੰ ਰਿਪੋਰਟ ਦਿੱਤੀ ਆਪਾਂ ਤੈਨੂੰ ਅਗਲੀ ਵਾਰ ਜਾਣੂ ਆ ਕਹਿੰਦੇ ਮੈਨੂੰ ਮੇਰੀ ਫੈਮਿਲੀ ਨੂੰ ਮੇਰੀ ਬੇਟੀ ਨੂੰ ਮੇਰੀ ਵਾਈਫ ਨੂੰ ਅਤੇ ਮੇਰੇ ਬੇਟੇ ਨੂੰ ਸਾਨੂੰ ਚੰਗੀ ਤਰ੍ਹਾਂ ਉਹਨੇ ਹਰ ਇੱਕ ਹਥਿਆਰ ਦੇ ਨਾਲ ਕੁੱਟ ਮਾਰ ਕਰਕੇ ਲੋਹ ਲੁਹਾਨ ਕਰਕੇ ਮਾਰ ਕੇ ਸੁੱਟਦੇ ਸੀਗੇ ਅਸੀਂ ਰੱਬ ਸੁੱਟ ਵੀ ਬਚੇ ਜੀ ਅਤੇ ਇਹ ਤੋਂ ਪਹਿਲਾਂ ਜੀ ਮਤਲਬ ਸਾਡੇ ਕੋਈ ਲਾਗੇ ਆਉਂਦਾ ਉਸ ਤੋਂ ਪਹਿਲਾਂ ਉਹ ਭੱਜ ਗਏ ਸੀ ਉੱਥੋਂ ਅਤੇ ਸਾਨੂੰ ਪੂਰੀ ਤਰ੍ਹਾਂ ਕੁੱਟ ਕੇ ਗਏ ਆ ਹਰ ਇੱਕ ਹਥਿਆਰ ਸਾਡੇ 'ਤੇ ਮਾਰਿਆ ਕਿੰਨੇ ਜਾਣੇ ਫੱਟ ਹੋਏ ਅਸੀਂ ਦੋ ਜਣੇ ਫੱਟਰ ਹੋਏ ਜੀ ਬਾਕੀ ਮੇਰੇ ਵਾਈਫ ਦੇ ਅਤੇ ਮੇਰੀ ਬੇਟੀ ਦੇ ਅੰਦਰੂਨੀ ਸੱਟਾਂ ਲੱਗੀਆਂ ਜਿਹੜੀਆਂ ਕਿ ਮਤਲਬ ਜਿਵੇਂ ਕਿ ਉਹਨਾਂ ਦੇ ਵਾਲ ਵੂਲ ਟੋਟਲ ਕਿੰਨੇ ਕੁ ਜਾਣੇ ਸੀ 15-20 ਜਣੇ ਸੀਗੇ ਜੀ ਟੋਟਲ ਜਿਹੜੇ ਆਏ ਸੀਗੇ ਸਾਡੇ ਘਰ ਕੀ ਉਹਨਾਂ ਨੂੰ ਕੋਈ ਪੁਰਾਣੀ ਰੰਜਿਸ਼ ਜਾਂ ਕੌਣ ਸੀਗੀ ਕਾਹਦੀ ਗੱਲੋਂ ਕੋਈ ਰੰਜਿਸ਼ ਨਹੀਂ ਸੀ ਹੈਗੀ ਜੀ ਮੇਰੀ ਬੇਟੀ ਹੈ 15 ਸਾਲ ਦੀ ਅਤੇ ਉਹਨੂੰ ਇੱਕ ਲੜਕਾ ਜੀ ਜੋਬਨ ਉਹ ਤੰਗ ਪਰੇਸ਼ਾਨ ਕਰਦਾ ਸੀ ਰਸਤੇ ਦੇ ਵਿੱਚ ਘੇਰਦਾ ਸੀ ਧਮਕੀਆਂ ਦਿੰਦਾ ਸੀ ਕਿ ਮੇਰਾ ਨੰਬਰ ਫੜ ਮੇਰੇ ਨਾਲ ਗੱਲਬਾਤ ਕਰ ਅਤੇ ਜੇ ਤੂੰ ਨਹੀਂ ਕਰੇਂਗੀ ਮੈਂ ਤੇਰੇ ਭਰਾ ਨੂੰ ਜਾਂ ਤੈਨੂੰ ਮਾਰ ਦੂੰਗਾ ਤੁਹਾਡੇ ਘਰ ਮੈਂ ਉਤਰ ਆਊਂਗਾ ਮੈਨੂੰ ਕੋਈ ਰੋਕ ਨਹੀਂ ਸਕਦਾ ਅਤੇ ਮਤਲਬ ਕਿ ਮੇਰੀ ਪੂਰੀ ਚੱਲਦੀ ਹੈ ਇੱਥੇ ਅਤੇ ਕੋਈ ਮੈਨੂੰ ਫੜਾ ਨਹੀਂ ਸਕਦਾ ਜਿੱਦਾਂ ਕਿੰਨਾ ਕਿਸੇ ਨੇ ਫੜਾਇਆ ਮੈਨੂੰ ਅਤੇ ਇਹ ਸ਼ਬਦ ਬੋਲ ਕੇ ਉਹਨੇ ਜ਼ਬਰਦਸਤੀ ਮੇਰੀ ਬੱਚੀ ਨੂੰ ਉਹਨਾਂ ਨੇ ਪਹਿਲਾਂ ਨੰਬਰ ਫੜਾਇਆ ਆਪਣਾ ਅਤੇ ਫਿਰ ਉਸ ਤੋਂ ਬਾਅਦ ਧਮਕਾਇਆ ਡਰਾਇਆ ਕਿ ਤੂੰ ਮੈਨੂੰ ਫੋਨ ਨਹੀਂ ਕਰਦੀ ਅਤੇ ਇੱਕ ਦਿਨ ਕੋਠੇ 'ਤੇ ਖੜ ਕੇ ਸਾਹਮਣੇ ਦੂਜੇ ਪੁੱਟ 'ਤੇ ਕਹਿੰਦਾ ਕਿ ਮੈਂ ਤੁਹਾਡੇ ਘਰ ਉੱਤਰ ਲੱਗਿਆ ਨਹੀਂ ਮੈਨੂੰ ਫੋਨ ਕਰ ਮੇਰੀ ਬੇਟੀ ਉਸ ਦਿਨ ਇਕੱਲੀ ਸੀਗੀ ਘਰ ਅਸੀਂ ਗਏ ਹੋਏ ਸੀ ਬਾਹਰ ਚਰਚ ਦੇ ਵਿੱਚ ਅਤੇ ਮੇਰੀ ਬੇਟੀ ਨੇ ਆਪਣੇ ਫੋਨ ਆਪਣੀ ਮੰਮੀ ਦੇ ਫੋਨ ਤੋਂ ਉਹਨੂੰ ਫੋਨ ਕੀਤਾ ਫਿਰ ਉਹਨੇ ਉਹਨਾਂ ਗੱਲਬਾਤ ਕੀਤੀ ਉਸ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਿਆ ਸੀ ਉਹਨੂੰ ਸਮਝਾਇਆ ਮੋਤਬਰ ਬੰਦਿਆਂ ਨੂੰ ਵਿੱਚ ਪਾ ਕੇ ਉਹਨੂੰ ਸਮਝਾਇਆ ਉਹਦੇ ਪਾਪਾ ਨਾਲ ਵੀ ਗੱਲ ਵੀ ਸਮਝਾਇਆ ਕਿ ਆਪਣੇ ਬੇਟੇ ਨੂੰ ਸਮਝਾ ਮੇਰੀ ਬੇਟੀ ਨਾਬਾਲਗ ਆ ਗਲਤ ਕੰਮ ਕਰ ਰਿਹਾ ਉਹਦੇ ਬਾਵਜੂਦ ਵੀ ਮਤਲਬ ਉਹਨੂੰ ਇਹ ਡਰ ਪੈ ਕੋਈ ਨਹੀਂ ਹੈਗਾ ਕਿ ਹਾਂ ਅਸੀਂ ਮਤਲਬ ਕਿ ਉਹਦੇ ਪਾਪਾ ਨਾਲ ਗੱਲ ਕੀਤੀ ਹੈ ਚਾਰ ਮੋਤਬਰ ਬੰਦਿਆਂ 'ਚ ਗੱਲ ਕੀਤੀ ਆ ਉਹਨੇ ਮਿਲ ਕੇ ਫਿਰ ਵੀ ਬੰਦੇ ਘਰ ਲੈ ਕੇ ਆਇਆ ਸਾਡੇ 'ਤੇ ਹਮਲਾ ਕੀਤਾ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਆ ਕੁੱਟਮਾਰ ਕੀਤੀ ਆ ਮੇਰੇ ਬੇਟੇ ਦਾ ਸਿਰ ਪੂਰਾ ਖੋਲ ਦਿੱਤਾ ਪਿੱਛੇ ਤੋਂ ਮੇਰਾ ਸਿਰਾ ਸਾਰਾ ਉੱਪਰੋਂ ਪਾੜ ਦਿੱਤਾ ਆ ਪੁਲਿਸ ਨੂੰ ਕੰਪਲੇਂਟ ਕੀਤੀ ਭਾਅ ਜੀ ਪੁਲਿਸ ਦੀ ਕੋਈ ਸੁਣਵਾਈ ਨਹੀਂ ਸੀ ਕੰਪਲੇਂਟ ਕੀਤੀ ਆ ਇੱਥੇ ਸਾਡੇ ਬਿਆਨ ਵੀ ਲੈ ਕੇ ਗਏ ਆ ਬਿਆਨ ਮੇਰੇ ਬੇਟੇ ਦੇ ਲੈ ਕੇ ਗਏ ਆ 17 ਸਾਲ ਦਾ ਜੋ ਕਿ ਨਾਬਾਲਗ ਆ ਸੈਨ ਜਬਰ ਨੂੰ ਮੇਰੇ ਤੋਂ ਕਰਵਾ ਕੇ ਲੈ ਕੇ ਗਏ ਮੈਂ ਉਹਨਾਂ ਨੂੰ ਪੁੱਛਿਆ ਕਿ ਮੈਨੂੰ ਪੜ੍ਹਨ ਲਈ ਦਿਓ ਤਾਂ ਉਹਨਾਂ ਦਾ ਜਵਾਬ ਸੀਗਾ ਕਿ ਆਪਾਂ 2 ਤੋਂ 3 ਵਾਰ ਫਿਰ ਬਿਆਨ ਲੈਣਾ ਆਉਣਾ ਵੀ ਇਹ ਹਜੇ ਕੱਚਾ ਬਿਆਨ ਆ ਪਰ ਜਦੋਂ ਬਾਅਦ ਵਿੱਚ ਮੈਂ ਫੋਨ ਕਾਲ 'ਤੇ ਏ ਐੱਸ ਆਈ ਸਾਹਿਬ ਨਾਲ ਗੱਲ ਕੀਤੀ ਅਤੇ ਉਹ ਮੈਨੂੰ ਗੋਪਾਲ ਜੀ ਕਹਿ ਰਹੇ ਕਹਿੰਦੇ ਵੀ ਨਹੀਂ ਤੁਹਾਡਾ ਫਾਈਨਲ ਸੀਗਾ ਉਹ ਬਿਆਨ ਮੈਂ ਕਿਹਾ ਵੀ ਸਰ ਤੁਸੀਂ ਤਾਂ ਮੈਨੂੰ ਕਿਹਾ ਸੀ ਫਿਰ ਉਹ ਮੁੱਕਰ ਗਏ ਕਾਲ 'ਤੇ ਮੇਰੇ ਕੋਲ ਦੋਨੋਂ ਟਾਈਮ ਦੀ ਰਿਕਾਰਡਿੰਗ ਆ ਜਦੋਂ ਮੁੱਕ ਰਹੇ ਇੱਥੇ ਵੀ ਉੱਥੇ ਵੀ ਅਤੇ ਉਹਨਾਂ ਨੇ ਪੁਲਿਸ ਕਾਰਵਾਈ ਹੁਣ ਦੇਖੋ ਜੀ ਸਿੱਧੀ ਗੱਲ ਆ ਪੁਲਿਸ ਕਾਰਵਾਈ ਕੋਈ ਨਹੀਂ ਹੋ ਰਹੀ ਸਾਡੇ 'ਤੇ ਸਾਡੀ ਕੋਈ ਹੈਲਪ ਨਹੀਂ ਹੋ ਰਹੀ ਕਿਸੇ ਵੀ ਪੱਖੋਂ ਸਾਨੂੰ ਮਤਲਬ ਕਿ ਅਗਰ ਪੁਲਿਸ ਦੇ ਪੁਲਿਸ ਕਹੀ ਜਾਂਦੀ ਹੈ ਸਾਡੇ ਕੋਲ ਅੱਗੇ ਬਿਆਨ ਦਿਓ ਅਤੇ ਸਰ ਮੇਰੀ ਹਾਲਤ ਦੇਖੋ ਮੈਨੂੰ ਕਿਸੇ ਉੱਚ ਅਧਿਕਾਰੀ ਨਾਲ ਗੱਲ ਹੋਈ ਤੁਹਾਡੀ ਨਹੀਂ ਸਾਡੀ ਗੱਲ ਹੋਣੀ ਨਹੀਂ ਮੇਰੀ ਵਾਈਫ ਉਹ ਵੀ ਇੱਥੇ ਹੀ ਆ ਮੈਂ ਇੱਥੇ ਹਾਂ ਮੈਨੂੰ ਚੱਕਰ ਆਉਂਦੇ ਅਗਰ ਮੈਂ ਖੜ੍ਹਾ ਹੁੰਦਾ ਤਾਂ ਮੈਂ ਨਹੀਂ ਜਾ ਸਕਦਾ ਪੁਲਿਸ ਕਹੀ ਜਾਂਦੀ ਹੈ ਕਿ ਟਾਈਮ ਦਿੱਤਾ ਤੁਸੀਂ ਆਉਂਦੇ ਨਹੀਂ ਤੁਸੀਂ ਆਉਂਦੇ ਨਹੀਂ ਸਾਡੀ ਕੋਈ ਸੁਣ ਨਹੀਂ ਦਿੰਦਾ ਸਾਨੂੰ ਟਾਈਮ ਦਿੱਤਾ ਸਾਨੂੰ ਸਰ ਫੋਨ 'ਤੇ ਜਿਹੜੇ ਉਹਨਾਂ ਦੇ ਵਿੱਚ ਬੰਦੇ ਆ ਉਹ ਫੋਨ 'ਤੇ ਦੱਸਦੇ ਆ ਕਿ ਤੁਹਾਨੂੰ ਇੰਨੇ ਟਾਈਮ 'ਤੇ ਕੱਲ੍ਹ ਵੀ 6 ਵਜੇ ਬੁਲਾਇਆ ਸੀਗਾ ਪਰ ਮੇਰੀ ਹਾਲਤ ਨਹੀਂ ਜਾਣਦੀ ਮੇਰੀ ਵਾਈਫ ਕਿੱਦਾਂ ਮੈਨੂੰ ਛੱਡ ਕੇ ਜਾ ਸਕਦੀ ਇੱਥੇ ਕੋਈ ਦਵਾਈ ਵਾਲਾ ਨਹੀਂ ਕੋਈ ਮੈਨੂੰ ਫੁਲਮਾਨ ਕੀ ਕਰਦੇ ਮੰਗ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਜੀ ਦੇਖੋ ਉਹ ਬੰਦੇ ਉਹਦੇ ਮੂੰਹ ਖੁੱਲ੍ਹੇ ਪਏ ਬਹੁਤ ਜ਼ਿਆਦਾ ਹਲੇ ਤੱਕ 4-5 ਦਿਨ ਹੋ ਚੁੱਕੇ ਹਨ 28 ਤਰੀਕ ਦੀ ਵਾਰਦਾਤ ਆ ਹਲੇ ਤੱਕ ਉਹ ਬੰਦੇ ਆਜ਼ਾਦ ਘੁੰਮਦੇ ਆ ਕੋਈ ਕਾਰਵਾਈ ਨਹੀਂ ਉਹ ਸਿੱਧੇ ਕਹਿੰਦੇ ਫਿਰਦੇ ਆ ਵੀ ਅਸੀਂ ਬੰਦਾ ਪੱਟਤਾ ਅਤੇ ਉਹਨਾਂ ਤੋਂ ਕੁਛ ਨਹੀਂ ਹੋਇਆ ਅਤੇ ਜੇ ਦੁਬਾਰਾ ਪੰਗਾ ਲਏਗਾ ਉਹਨੇ ਮੈਨੂੰ ਧਮਕੀ ਦਿੱਤੀ ਹੈ ਮੇਰੇ ਗੰਨ ਰੱਖ ਕੇ ਇੱਥੇ ਕਿ ਜੇ ਤੂੰ ਰਿਪੋਰਟ ਕੀਤੀ ਆਪਾਂ ਤੇਰੇ ਗੋਲੇ ਅਗਲੀ ਵਾਰ ਗੋਲੀਆਂ ਮੱਥੇ 'ਚ ਮਾਰ ਦੇਣੀ ਭਾਅ ਜੀ ਉਹ ਮਾਰ ਸਕਦੇ ਹਾਂ ਕਿਉਂਕਿ ਉਹਨਾਂ ਨੇ ਪਹਿਲਾਂ ਵਾਰਦਾਤ ਕਰਤੀ ਘਰ ਦੇ ਵਿੱਚ ਘੁਸ ਕੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਸੱਚ
ਬਸ ਮੇਰੀ ਇਹੀ ਮੰਗ ਹੈ ਜੀ ਕਿ ਦੇਖੋ ਕੱਲ੍ਹ ਕਲਾਂ ਨੂੰ ਕੋਈ ਮੇਰੇ ਬੱਚੇ ਨਾਲ, ਮੇਰੇ ਦੂਜੇ ਛੋਟੇ ਬੱਚੇ ਆ, ਬਹੁਤ ਛੋਟੇ ਆ, ਮੇਰਾ ਬੇਟਾ ਜੀ 2.5 ਸਾਲ ਦਾ ਸਿਰਫ, ਦੂਜਾ ਬੇਟਾ 9 ਸਾਲ ਦਾ ਅਤੇ 17 ਸਾਲ ਦਾ ਬੇਟਾ, 15 ਸਾਲ ਦੀ ਬੇਟੀ ਆ, ਮੇਰੀ ਵਾਈਫ ਨਾਲ, ਕਿਉਂਕਿ ਉਹਨਾਂ ਨੇ ਕੁੱਟਮਾਰ ਕਰ ਲਈ ਆ, ਉਹਨਾਂ ਦੇ ਨਾਲ ਉਹਨਾਂ ਦੀ ਮਦਰ ਵੀ ਆਈ ਆ ਮੁੰਡੇ ਦੀ, ਅਤੇ ਉਹਦੇ ਪਾਪਾ ਵੀ ਸਾਡੇ ਘਰ ਉਤਰੇ ਆ, ਠੀਕ ਹੈ ਜੀ, ਉਹਨਾਂ ਨੇ ਵੀ ਕੁੱਟਮਾਰ ਕੀਤੀ ਆ, ਅਤੇ ਉਸ ਤੋਂ ਬਾਅਦ ਕੱਲ੍ਹ ਕਲਾਂ ਨੂੰ ਕੋਈ ਸਾਡਾ ਨੁਕਸਾਨ ਹੁੰਦਾ ਉਹ ਤਾਂ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਅਤੇ ਉਹ ਲੋਕ ਹੋਣਗੇ ਜਿਨ੍ਹਾਂ ਦੇ ਵਿਰੁੱਧ ਅਸੀਂ ਕਾਰਵਾਈ ਪਾਈ ਹੈ, ਪਰ ਕੋਈ ਕਾਰਵਾਈ ਸਾਡੀ ਸੁਣਵਾਈ ਨਹੀਂ ਕੀਤੀ। ਠੀਕ ਜੀ ਸਰ, ਇੱਕ ਕੰਪਲੇਂਟ ਆਈ ਸੀਗੀ ਤੁਹਾਡੇ ਕੋਲ, ਕੀ ਮਾਮਲਾ ਕੀ ਹੈ ਜੀ? ਉਹ ਨਾ ਬਲਵਿੰਦਰ ਸਿੰਘ ਧਿਰ ਇੱਕ ਜੋਬਨਜੀਤ ਸਿੰਘ ਧਿਰ, ਇਹਨਾਂ ਦਾ ਅਸੀਂ ਝਗੜਾ ਹੋਇਆ, ਇਹ ਦੋਨਾਂ ਤਰ੍ਹਾਂ ਨੇ ਡਾਕਟਰ ਲੈ ਕੇ ਅਤੇ ਹਸਪਤਾਲ ਦਾਖਲ ਹੋਏ। ਬਲਵਿੰਦਰ ਸਿੰਘ ਧਿਰ ਦਾਖਲਾ, ਬਲਵਿੰਦਰ ਸਿੰਘ ਧਿਰ ਦਾ ਮੁੜ ਕੇ ਨਾ ਅਸੀਂ ਸਾਹਿਬ ਸਿੰਘ ਬਿਆਨ ਬਣ ਗਿਆ ਕਾਵੇਲੀ, ਤਾਂ ਉਹਨਾਂ ਬਲਵਿੰਦਰ ਸਿੰਘ ਨੇ ਬਿਆਨ ਦਿੱਤਾ ਆਪਣਾ ਕਿ ਜਿੰਨਾ ਚਿਰ ਮੇਰੀ MLR ਜਾਰੀ ਨਹੀਂ ਹੁੰਦੀ, ਆਪਣੀ ਲੰਬੀਆਂ ਸੱਟਾਂ ਦਾ ਨਤੀਜਾ ਨਹੀਂ ਆਉਂਦਾ, ਉਹਨਾਂ ਚਿਰ ਮੈਂ ਕਾਰਵਾਈ ਨਹੀਂ ਕਰਾਉਣੀ, ਨਤੀਜਾ ਆਉਣ 'ਤੇ ਮੈਂ ਕਾਰਵਾਈ ਕਰਾਵਾਂਗਾ। ਉਹ ਆਪਾਂ ਦੀ ਰੁੱਟ ਪਾਈ ਆ, ਜੋ ਹੁਣ ਜਦੋਂ MLR ਜਾਰੀ ਹੁੰਦੀ ਆ ਤਾਂ ਉੱਥੇ ਤੁਸੀਂ ਜਿਹੜੇ ਕਾਰਵਾਈ ਬਣਦੀ ਕਾਰਵਾਈ ਕੀਤੀ। ਸਰ ਝਗੜੇ ਦਾ ਕਾਰਨ ਤਾਂ ਪਤਾ ਲੱਗਾ, ਉਹਨਾਂ ਦਾ ਕਹਿਣਾ ਸੀ ਸਾਡੀ ਕੁੜੀ ਦੀ ਛੇੜਛਾੜ ਦਾ ਕੋਈ ਨਹੀਂ। ਅਜੇ ਕੋਈ ਐਸੀ ਗੱਲ ਨਹੀਂ ਦੱਸੀ ਉਹਨਾਂ ਨੇ ਕੋਈ, ਜਦੋਂ ਆਪਣਾ ਬਿਆਨ ਮੁਕੰਮਲ ਬਿਆਨ ਦੇਣਗੇ ਉਸ ਅਨੁਸਾਰ ਕਾਰਵਾਈ ਹੁੰਦੀ ਹੈ।